बीते दिन कोटकपुरा के हरिनो रोड से डेरा प्रेमी प्रदीप सिंह ते हमलावरां वल्लों की गई फायरिंग विच डेरा प्रेमी प्रदीप सिंह की मौत हो गई सी, जबकि उसका गनमैन हाकम सिंह गंभीर जख्मी हो गया सी। जिसके परिवार वालों हुण पिंड सीखावाला विच प्रेस कॉन्फ्रेंस कर जानकारी दी गई कि पंजाब पुलिस वालों तो उन्होंने सहयोग मिलिया है, पर होमगार्ड डिपार्टमेंट वालों आर्थिक मदद नहीं दी जा रही। हाकम सिंह की पत्नी ने सरकार को आर्थिक मदद लिए अपील की है। ਪ੍ਰਦੀਪ ਸਿੰਘ ਦੀ ਡੈਥ ਹੋ ਗਈ, ਇਹਨਾਂ ਦੀ ਗੋਲੀ ਲੱਗੀ ਹੈ ਜੀ ਲੱਤ ਦੇ ਵਿੱਚ ਜੀ। ਪੰਜਾਬ ਹੋਮਗਾਰਡ ਦੇ ਮੁਲਾਜ਼ਮ ਕੁਛ ਨਹੀਂ ਕਰ ਸਕਦੇ ਜੀ, ਬਿੱਲ ਫਿਰ ਫੰਡ ਕੱਟਦੇ ਆ, ਉਹਨਾਂ 'ਚੋਂ ਵੀ ਨਹੀਂ ਸਾਨੂੰ ਕੋਈ ਵੀ ਫੰਡ ਆਇਆ। ਪੰਜਾਬ ਪੁਲਿਸ ਦੇ ਮੁਲਾਜ਼ਮ, ਵੱਡੇ ਤੋਂ ਵੱਡੇ ਅਫਸਰ, ਛੋਟੇ ਤੋਂ ਛੋਟੇ ਅਫਸਰ, ਸਾਰੇ ਸਾਡੀ ਮਦਦ ਕਰ ਰਹੇ ਆ। ਇਹਨਾਂ ਦੇ ਮੁਲਾਜ਼ਮ ਕੋਈ ਨਹੀਂ ਸਾਡੇ ਕੋਲ। ਇੱਕ ਵਾਰੀ ਪਹਿਲਾਂ ਉੱਥੇ ਚਲੇ ਗਏ ਹੋਸਪਿਟਲ, ਫਿਰ ਬਾਅਦ ਵਿੱਚ ਉਹਨਾਂ ਨੇ ਕੋਈ ਵੀ ਸਾਡੀ ਬਾਤ ਨਹੀਂ ਪੁੱਛੀ। ਤੁਹਾਡੇ ਪਤੀ ਸੀ ਮੈਨੂੰ ਉਹਨਾਂ ਦੇ ਗਨ? ਹਾਂਜੀ ਹਾਂਜੀ, ਹਾਕਮ ਸਿੰਘ ਮਨਦੀਪ ਕੌਰ, ਮੇਰਾ ਨਾਮ ਮਨਦੀਪ ਕੌਰ ਆ, ਮੇਰੇ ਪਤੀ ਸਨ। ਕਿਸ ਤਰ੍ਹਾਂ ਦੀ ਹਾਲਤ ਆ, ਕਿੱਥੇ ਆ ਉਹ? ਲੁਧਿਆਣੇ ਦਾਖਲ ਆ ਸਰ, ਫੋਰਟਿਸ ਹਸਪਤਾਲ ਦੇ ਵਿੱਚ। ਕਿੱਥੇ ਗੋਲੀ ਲੱਗੀ ਸੀ ਉਹਨਾਂ ਦੇ? ਪੱਟ ਦੇ ਗੋਲੀ ਲੱਗੀ ਸੀ ਸਰ। ਹੁਣ ਤੱਕ ਕਿੰਨਾ ਖਰਚਾ ਆ ਚੁੱਕਿਆ ਜੀ ਉੱਥੇ? ਹੁਣ ਤੱਕ ਤਾਂ 6.5 ਲੱਖ ਖਰਚਾ ਆ ਸਕਿਆ। ਕਿੰਨੇ ਆਪਰੇਸ਼ਨ ਹੋ ਗਏ ਆ? ਦੋ ਆਪਰੇਸ਼ਨ ਹੋਏ ਆ ਸਰ। ਕੋਈ ਹੋਰ ਵੀ ਹੋਣਾ? ਹਾਂਜੀ ਹੋਰ ਵੀ ਹੋਣਾ। ਤੁਸੀਂ ਆਪਦੇ ਕੋਲੋਂ ਪੈਸੇ ਵੀ ਲਾਏ ਆ? ਨਹੀਂ ਸਰ, ਪੰਜਾਬ ਪੁਲਿਸ ਨੇ ਹੀ ਮਦਦ ਕੀਤੀ ਆ ਸਰ। ਪੁਲਿਸ ਦੇ ਅਫਸਰ ਹੀ ਮਦਦ ਕਰ? ਹਾਂਜੀ, ਉਹਨਾਂ ਦੇ ਅਫਸਰ ਹੀ ਮਦਦ। ਕੀ ਮੰਗ ਕਰਦੇ? ਕੀ ਮੰਗ ਕਰ? ਮੈਂ ਮੰਗ ਇਹ ਕਰਦੀ ਹਾਂ ਸਰ ਵੀ ਮੇਰੇ ਵੀ ਸਾਡਾ ਵੀ ਇਲਾਜ ਹੋਣਾ ਚਾਹੀਦਾ, ਹੋਮਗਾਰਡ ਦੇ ਮੁਲਾਜ਼ਮ ਵੀ ਸਾਡੀ ਮਦਦ ਕਰਨ। ਸਰਕਾਰ ਵੱਲੋਂ ਕੋਈ ਮਦਦ? ਸਰਕਾਰ ਵੱਲੋਂ ਵੀ ਸਰ ਕੋਈ ਮਦਦ ਨਹੀਂ ਹੋਏਗੀ। ਇੱਕ ਵਾਰੀ ਇਹ ਕਲਤਾਰ ਸੰਧਵਾਂ ਸਰ ਗਏ ਸੀਗੇ ਹੋਸਪਿਟਲ ਫਰੀਦਕੋਟ, ਉਹ ਕੇਰਾਂ ਕਹਿ ਗਏ ਵੀ ਜ਼ਖਮੀਆਂ ਦਾ ਇਲਾਜ ਅਸੀਂ ਕਰਾਵਾਂਗੇ। ਫਿਰ ਬਾਅਦ ਵਿੱਚ ਕੋਈ ਉਹਨਾਂ ਨੇ ਨਾ ਤਾਂ ਉਹਨਾਂ ਵੱਲੋਂ ਮਦਦ ਆਈ ਆ, ਨਾ ਉਹ ਕੋਈ ਸਾਡੇ ਘਰ ਆਇਆ, ਨਾ ਉੱਥੇ ਗਏ। ਕਿਹੜਾ ਅਫਸਰ ਤੁਹਾਡੇ ਘਰ ਆਇਆ? ਕੋਈ ਅਫਸਰ ਕੋਈ ਆਇਆ ਹੋਮਗਾਰਡ ਦਾ ਜਾਂ ਪੰਜਾਬ ਪੁਲਿਸ ਦਾ? ਪੰਜਾਬ ਪੁਲਿਸ ਦਾ ਆਏ ਸੀ ਸਰ। ਕੌਣ ਆਏ ਸੀ? ਗੁਰਮੀਤ ਸਿੰਘ, DSP ਸਰ। ਅੱਛਾ ਜੀ, ਹਾਂਜੀ। ਤੇ ਕਿਸੇ ਅਧਿਕਾਰੀ ਹੋਮਗਾਰਡ ਦੇ ਕਿਸੇ ਵੱਡੇ ਅਧਿਕਾਰੀ ਨੂੰ ਮਿਲੇ ਤੁਸੀਂ? ਨਹੀਂ ਸਰ, ਕਿਸੇ ਕੋਲ ਨਹੀਂ। ਉਹ ਕੋਈ ਨਹੀਂ ਆਏ ਸਰ। ਨਾ ਹੀ ਤੁਹਾਡੇ ਕੋਲ ਆਏ ਆ ਤੇ ਨਾ ਹੀ ਤੁਸੀਂ ਗਏ? ਨਹੀਂ ਸਰ। ਉਹਨਾਂ ਨੇ ਹਲੇ ਤੱਕ ਕਿਸ ਤਰ੍ਹਾਂ ਦੀ ਮਦਦ ਮੰਗਦੇ ਹੋ? ਕਿਸ ਤਰ੍ਹਾਂ ਦੀ ਮਦਦ ਮੰਗਦੇ? ਅਸੀਂ ਮਦਦ ਕਰ ਰਹੇ ਹਾਂ, ਸਾਡੇ ਮੇਰੇ ਪਤੀ ਦਾ ਇਲਾਜ ਹੋਣਾ ਚਾਹੀਦਾ, ਸਾਡੇ ਮਹਿਕਮੇ ਨੂੰ ਜਿਹੜਾ ਪਿੱਛੇ ਸਿੱਟਿਆ ਗਿਆ ਅੱਗੇ ਕੀਤਾ ਜਾਣਾ ਚਾਹੀਦਾ। ਤੇ ਫਿਰ ਉਹਨਾਂ ਨੇ ਜਿਹੜੀ ਪੱਕਿਆਂ ਦੀ ਸਹੂਲਤ ਆ ਉਹ ਵੀ ਇਹਨਾਂ ਨੂੰ ਸਾਰੀ ਮਿਲਣੀ ਚਾਹੀਦੀ ਹੈਗੀ, ਜਿਵੇਂ ਉਹਨਾਂ ਨੂੰ ਮਿਲਦੀ ਹੈਗੀ ਉਵੇਂ ਸਾਨੂੰ ਮਿਲਣੀ ਚਾਹੀਦੀ ਆ। ਨਾ ਇਹਨਾਂ ਨੂੰ ਵੀ ਕੋਈ ਵੀ ਆਹ ਪੈਨਸ਼ਨ ਮਿਲਦੀ ਮਿਲਦੀ ਹੈ। ਉੱਥੇ ਵਾਕਿਆ ਕੋਈ ਹੋਇਆ ਤੁਹਾਨੂੰ ਅੱਗੇ ਦੱਸਿਆ ਸੀ ਵੀ ਇਸ ਤਰ੍ਹਾਂ ਕਰਕੇ ਗੋਲੀਆਂ ਚੱਲੀਆਂ ਕਿਵੇਂ ਆ, ਕੋਈ ਦੱਸੀ ਤੁਹਾਨੂੰ ਗੱਲਬਾਤ ਉੱਥੋਂ ਦੀ ਮੌਕੇ ਦੀ ਵਾਰਦਾਤ ਬਾਰੇ? ਮੌਕੇ ਦੀ ਸਾਰ ਸਾਨੂੰ ਫੋਨ ਆਇਆ ਸੀਗਾ। ਅੱਛਾ ਜੀ, ਉਹਨਾਂ ਨੇ ਆਪ ਹੀ ਲਾਇਆ ਸੀਗਾ, ਪਹਿਲਾਂ ਹੋਰ ਕਿਸੇ ਨੇ ਲਾਇਆ ਸੀਗਾ, ਫਿਰ ਉਹਨਾਂ ਨੇ ਆਪ ਹੀ ਗੱਲ ਕੀਤੀ ਸੀ, ਕਹਿੰਦੇ ਸਰ ਫਾਇਰਿੰਗ ਹੋ ਗਈ, ਜਲਦੀ ਤੋਂ ਜਲਦੀ ਕੋਟਕਪੂਰੇ ਆ ਦਿਓ। ਫਿਰ ਇਹ ਪਹੁੰਚ ਗਏ, ਮੇਰੇ ਬੱਚੇ ਪਹੁੰਚ ਗਏ। ਫਿਰ ਬਾਅਦ ਦੇ ਵਿੱਚ ਅਸੀਂ ਫਰੀਦਕੋਟ ਗਏ ਅਤੇ ਪੱਟ ਇੰਨਾ ਸੁੱਜਿਆ ਪਿਆ ਸੀ ਸਰ। ਕਿੰਨੇ ਬੱਚੇ ਆ ਜੀ? ਕਦੋਂ? 3 ਬੇਟੇ ਆ ਸਰ। ਪੱਕਿਆਂ ਨੂੰ ਉਹਨਾਂ ਦੇ ਬੱਚੇ ਵੀ ਰੱਖੇ ਜਾਂਦੇ ਆ ਨਾ, ਉਹਨਾਂ ਨੂੰ ਵੀ ਰੱਖਣਾ ਚਾਹੀਦਾ ਸਾਡੇ ਬੱਚਿਆਂ ਨੂੰ ਵੀ, ਕਿਉਂਕਿ ਪੜ੍ਹੇ ਲਿਖੇ ਫਿਰਦੇ ਆ, ਹੁਣ ਅਸੀਂ ਕਾਹਦੇ ਜੋਗੇ ਆ। ਉਹਨਾਂ ਦੇ ਸਾਡੇ ਡਿਸਟ੍ਰਿਕਟ ਕਮਾਂਡਰ RK ਸਰ ਅਤੇ ਡਿਵੀਜ਼ਨਲ ਕਮਾਂਡਰ ਚਰਨਜੀਤ ਸਿੰਘ ਸਾਹਿਬ ਉਸੇ ਵੇਲੇ ਮੌਕੇ 'ਤੇ ਉੱਥੇ ਗਏ। ਉਹਨਾਂ ਨੂੰ ਇੱਥੋਂ ਲੈ ਕੇ ਪਹਿਲਾਂ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਸੀ, ਫਿਰ ਜਦੋਂ ਉਹਨਾਂ ਰੈਫਰ ਕਰ ਦਿੱਤਾ ਉਹ ਨਾਲ ਹੀ ਉੱਥੇ ਗਏ ਨੇ। ਉਹਨਾਂ ਨੇ ਫਾਈਨੈਂਸ਼ਲੀ ਮਦਦ ਕੀਤੀ ਹੈ। ਸਾਡੇ ਇੱਥੋਂ ਔਫਿਸ ਦੇ CTC ਹੈਗੇ ਆ ਸੁਖਦੇਵ ਸਿੰਘ, ਉਹਨਾਂ ਦੀ ਬਕਾਇਦਾ ਡਿਊਟੀ ਉੱਥੇ ਆ ਵੀ ਉਹਨਾਂ ਚਿਰ ਉੱਥੇ ਰਹਿਣਾ, ਉਹਨਾਂ ਦਾ ਆਪਰੇਸ਼ਨ ਵਗੈਰਾ ਕਰਾ ਕੇ ਉਹਨਾਂ ਉਸ ਤੋਂ ਬਾਅਦ ਆਏ ਆ। ਹੁਣ ਉਹਦੀ ਹਾਲਤ ਖਤਰੇ ਤੋਂ ਬਾਹਰ ਹੈ, ਉਹਨੂੰ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ ਅਤੇ ਫਾਈਨੈਂਸ਼ਲੀ ਅਤੇ ਉਹਦੀ ਪੂਰੀ ਹੈਲਪ ਕੀਤੀ ਗਈ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਵਰਤੀ ਗਈ ਉੱਥੇ। ਈਵਨ ਕਿ ਸਾਡਾ ਡਿਸਟ੍ਰਿਕਟ ਕਮਾਂਡਰ ਲੁਧਿਆਣਾ ਹੈ, ਉੱਥੋਂ ਦੇ ਸਟਾਫ ਦੀ ਵੀ ਡਿਊਟੀ ਉੱਥੇ ਲਾਈ ਹੋਈ। ਇੱਕ ਉਹਨਾਂ ਨੇ ਮੰਗ ਕੀਤੀ ਹੈ ਕਿ ਵੀ ਸਾਡੇ 3 ਬੱਚੇ ਬੇਰੁਜ਼ਗਾਰ ਹੈ ਅਤੇ ਹੁਣ ਗੋਲੀ ਲੱਗਣ ਤੋਂ ਬਾਅਦ ਉਹ ਥੋੜ੍ਹਾ ਜਿਹਾ ਜਿਹੜੇ ਉਹ ਪਤਾ ਨਹੀਂ ਡਿਊਟੀ 'ਤੇ ਉਹ ਆ ਸਕਣ ਜਾਂ ਨਾ ਆਕਣ, ਉਹਦੇ ਬਾਰੇ ਮਹਿਕਮਾ ਕੀ ਫੈਸਲਾ ਲੈ ਰਿਹਾ? ਉਹ ਤਾਂ ਉੱਚ ਅਧਿਕਾਰੀ ਲੈਣਗੇ ਜੀ, ਪਰ ਉਹਦੇ ਹੱਕ ਵਿੱਚ ਲਿਆ ਜਾਊਗਾ। ਜੇਕਰ ਉਹਨੂੰ ਕੋਈ ਪ੍ਰੋਬਲਮ ਹੈਗੀ ਤਾਂ ਵੀ ਉਹਦੇ ਬਾਰੇ ਚੰਗਾ ਸੋਚਿਆ ਜਾਊਗਾ, ਪਤਾ ਨਹੀਂ ਲੈ ਰਿਹਾ। ਤੇ ਇੱਕ ਉਹ ਕਹਿੰਦੇ ਵੀ ਸਾਡੇ ਕੋਲ ਕੋਈ ਆਇਆ ਹੀ ਨਹੀਂ, ਮੇਨ ਤਾਂ ਆਰੋਪ ਉਹਨਾਂ ਦੇ ਇਹੀ ਹੈ, ਕਿਉਂਕਿ ਉਹਨਾਂ ਨੂੰ ਹੋ ਸਕਦਾ ਵੀ ਐਂ ਲੱਗਦਾ ਹੋਵੇ ਪੁਲਿਸ ਵਾਲੇ ਆਏ ਆ, ਕਿਉਂਕਿ ਸਾਡੇ ਹੋਮਗਾਰਡ ਦੀ ਵਰਦੀ ਪੁਲਿਸ ਵਾਲਿਆਂ ਨਾਲ ਮਿਲਦੀ ਹੈ ਅਤੇ ਯੂਨੀਫਾਰਮ 'ਚ ਗਏ ਆ। ਈਵਨ ਕਿ ਸਾਡੇ ਡਿਵੀਜ਼ਨਲ ਕਮਾਂਡਰ ਵੀ ਉੱਥੇ ਸੀ, RK ਰਜਿੰਦਰ ਕ੍ਰਿਸ਼ਨ,
डिस्ट्रिक्ट कमांडर फरीदकोट वो भी नाल उत्थे ही सी ऑपरेशन दे टाइम भी उत्थे हॉस्पिटल च हाजिर सी। हाँ जी ठीक ने बस के ज़्यादा नहीं है ठीक है कि मतलब उन्होंने के फ्रैक्चर होया हुआ जिहड़ा जी ठीक है जी उन्होंने दो ऑपरेट हो गए ने ठीक है जी तो हजे भी डॉक्टर कह रहे हैं कि वैसे अगे भी करांगे ऑपरेट कहते कहते जेकर लोड़ पाएगी तो हूँ कितने गोली कितने बजी सी उन्होंने पट से गोली लगी हुई है जी तो हूँ हालत ठीक है दस रहे डॉक्टर। हाँ जी कि मतलब कह रहे हैं कि कहते कि जेकर लोड़ पई तो उन्होंने फिर ऑपरेट करे वैसे तो जो खर्चा उस किमें कर रहे हो तुम खर्चा जी कल पंजाब पुलिस कर रहे जी कोई होर महकमे लोग है नहीं है की मांग करते कि सर जी मतलब जोड़ा भी हक है सू मिले एक बार जो भी है जी बनता साढ़ा हक थोड़े की लगते मेरे ब्रदर ने जो हूँ तक लगभग कितना खर्चा आ गया हूँ तक ही तकरीबन कोई 6-7 लाख रुपया आ चुका जी कि अगे भी डॉक्टर कह रहे कि खर्चा दिन पर दिन वादा ही आता जी हम इस तरह करके जी सरकार तो की मांग करते सरकार तो ही मतलब सू जो बनता हक सा मिले ही सू। फरीदकोट तो जतेंद्रपाल सिंह कलेर की रिपोर्ट। हर तरह की खबर सब तो पहला वेखन लई सबसक्राइब करो चैनल काशी टीवी हर अपडेट का संकेत मिलता रहे दबाओ बैल आइकन अते लाइक करो फेसबुक पेज काशी टीवी।